ਸਾਰੀ ਜ਼ਿੰਦਗੀ ਕਾਇਨਾਤ ਨੂੰ ਵੇਖ ਕੇ ਖੁਸ਼ ਹਾਂ, ਪਰ ਜਦੋਂ ਮਨੁੱਖ ਦੀ ਮਨੁੱਖ ਦੁਆਰਾ ਲੁੱਟ ਹੁੰਦੀ ਹੈ ਉਹਨੂੰ ਵੇਖ ਕੇ ਮੈਂ ਜ਼ਰੂਰ ਚਿੰਤਾ ਕਰਦਾ। ਕਿਹਾ ਜਾਂਦਾ ਤੁਸੀਂ ਸਾਰੀ ਜ਼ਿੰਦਗੀ ਤੁਰ ਕੇ ਕੱਢਤੀ ਹੈ। ਮੈਂ ਨਾ ਇੱਕ ਸਾਈਕਲ ਚਲਾਉਣਾ ਜਾਣਦਾ ਸੀ, ਥੋੜ੍ਹਾ ਜਿਹਾ ਚੰਡੀਗੜ੍ਹ ਸਾਈਕਲ ਚਲਾਇਆ ਸੀ 1971 'ਚ, ਫਿਰ ਮੈਂ ਸਾਈਕਲ ਛੱਡਤਾ। ਉਦੋਂ ਬਾਅਦ ਬਸ ਪੈਦਲ ਹੀ ਹੋ ਗਏ, ਜਿੱਥੇ ਜਾਣਾ ਤੁਰ ਕੇ, ਨਾ ਸਾਈਕਲ ਨਾ ਸਕੂਟਰ ਨਾ ਕਾਰ। ਮੈਂ ਤਾਂ ਚੜ੍ਹਦੀ ਮੈਂ ਤੈਨੂੰ ਚਲਾਉਣੀ ਨਹੀਂ ਆਉਂਦੇ, ਸਾਈਕਲ ਚਲਾਉਣ ਦਾ ਜਾਣਦਾ ਸੀ ਅਤੇ ਮੈਨੂੰ ਐਂ ਲੱਗਦਾ ਜੇ ਮੈਨੂੰ ਅੱਜ ਚਲਾਉਣਾ ਪਏ ਤਾਂ ਮੈਂ ਭੁੱਲ ਗਿਆ, ਮੈਂ ਤਾਂ ਪੈਡਲ ਵੀ ਨਹੀਂ ਮਾਰ ਸਕਣਾ। ਜਾਣਾ ਜਾਣਾ ਤੁਰਕ ਹੀ ਜਾਣਾ ਅਤੇ ਕਦੇ ਮਹਿਸੂਸ ਨਹੀਂ ਹੁੰਦਾ, 15-20 ਕਿਲੋਮੀਟਰ ਐਂ ਨਹੀਂ ਪਤਾ ਲੱਗਦਾ ਕਦੋਂ ਲੰਘ ਗਏ। ਕੀ ਆਪਦੇ ਨਾਲ ਗੱਲਾਂ ਕਰਦੇ ਜਾਂਦੇ ਹੋ? ਆਪਦੇ ਨਾਲ ਵੀ ਗੱਲਾਂ ਬਹੁਤ ਕਰਦਾ, ਸੰਸਾਰ ਨਾਲ ਗੱਲਾਂ ਬਹੁਤ ਕਰਦਾ, ਲੋਕਾਂ 'ਤੇ ਟਿੱਪਣੀਆਂ ਬੜੀਆਂ ਕਰਦਾ, ਲੋਕਾਂ ਦੀਆਂ ਟਿੱਪਣੀਆਂ ਸੁਣਦਾ ਬਹੁਤ ਆ। ਇਹ ਵੀ ਨਾਲ ਹੈ, ਕੋਈ ਆਖੂ ਵੀ ਵੇਖੋ ਜੀ ਅਨਪੜ੍ਹ ਜਾਂ ਜੱਟ ਜਾਂਦਾ, ਸ਼ਰਾਬੀ ਕਬਾਬੀ ਜਾਂਦਾ, ਇਸ ਤਰ੍ਹਾਂ ਬੋਲਦੇ। ਸ਼ਰਾਬ ਪੀਂਦੇ ਹੋ ਤੁਸੀਂ? ਮੈਂ ਕਿਤੇ ਸੁੰਘ ਕੇ ਵੀ ਨਹੀਂ ਵੇਖੀ, ਸ਼ਰਾਬ ਦੇ ਮਹਿਕਮੇ 'ਚ ਰਿਹਾ ਕਦੇ ਸੁੰਘੀ ਵੀ ਨਹੀਂ। ਮੈਨੂੰ ਕਹਿਣਗੇ ਸ਼ਰਾਬੀ ਲੱਗਦਾ, ਮੈਂ ਵੀ ਤੁਸੀਂ ਸਾਰਾ ਦਿਨ ਪੀਂਦੇ ਹੋ, ਤੁਸੀਂ ਮੈਂ ਸੋਫੀ ਕਿਵੇਂ ਲੱਗਦੇ ਹੋ? ਸਤਲੁਜ ਕਲੱਬ ਸਾਰੀ ਬਿਊਰੋਕ੍ਰੇਸੀ ਪਈ ਹੁੰਦੀ ਆ, ਸ਼ਰਾਬ ਪੀਣੀ ਨੇ ਉੱਥੇ? ਤੁਸੀਂ ਨਹੀਂ ਗਏ ਕਦੇ ਕਲੱਬਾਂ 'ਚ ਜਿਵੇਂ ਹੋਰ ETO ਜਾਂਦੇ ਆ, ਕਾਰਾਂ ਰੱਖੀਆਂ ਘੜੀਆਂ ਮਹਿੰਗੀਆਂ ਵਿਦੇਸ਼ਾਂ 'ਚ, ਤੁਸੀਂ ਨਹੀਂ ਆਏਗੇ? ਆਹ ਵੇਖੋ ਤੁਹਾਡੇ ਸਾਹਮਣੇ ਆ, ਡੌਲੇ ਖਾਲੀ, ਮੁਰਚੇ ਖਾਲੀ, ਕਿਤੇ ਕੁਛ ਨਹੀਂ, ਆਹੀ ਆ ਚਾਰ ਕੱਪੜੇ ਜਿਹੜੇ ਪਾਉਣੇ ਆਪਾਂ। ਤੇ ਮਿਹਣੇ ਨਹੀਂ ਮਾਰਦੇ ਸੀ ਜਿਹੜੇ ਨਾਲ ਦੇ ਹੋਰ ਕਲੀਗ ਹੁੰਦੇ? ਦੇਖੋ ਜਿਹੜਾ ਬੰਦਾ ਬੌਧਿਕ ਤੌਰ 'ਤੇ ਊਣਾ ਹੋਵੇ ਉਹ ਮਿਹਣੇ ਮਾਰ ਜਾਂਦਾ, ਜਿਹੜਾ ਬੰਦਾ ਬੌਧਿਕ ਤੌਰ 'ਤੇ ਊਣਾ ਨਹੀਂ ਹੁੰਦਾ ਨਾ ਉਹ ਬੜਾ ਕੁਛ ਸਹਿ ਜਾਂਦਾ। ਸਮਾਂ ਮੈਂ ਤਾਂ ਉਹਨਾਂ ਊਣੇ ਦਿਮਾਗਾਂ ਦੇ ਉੱਤੇ ਤਰਸ ਕਰਦਾ, ਵਿਚਾਰੇ ਕਿੱਥੇ ਲਟਕੇ ਪਏ ਆ, ਚੱਜ ਦੀ ਗੱਲ ਤਾਂ ਕਰਦੇ ਕੋਈ ਨਹੀਂ। ਇੰਨੀ ਅੰਗਰੇਜ਼ੀ ਕਿੱਥੋਂ ਆਈ ਹੈ ਤੁਹਾਨੂੰ? ਮੈਂ ਬੁੱਧ ਅੰਗਰੇਜ਼ੀ ਵੀ ਪੜ੍ਹਿਆ, ਵਾਹ ਬਈ ਵਾਹ, ਮੈਂ ਅੰਗਰੇਜ਼ੀ ਦੀ ਐੱਮ ਏ ਆ, ਮੈਂ ਪੰਜਾਬੀ ਦੀ ਐੱਮ ਏ ਆ, ਮੈਂ ਫਿਲੋਸਫੀ ਦੀ ਐੱਮ ਏ ਆ, ਮੈਂ ਸੋਸ਼ੋਲੋਜੀ ਦੀ ਐੱਮ ਏ ਆ, ਮੈਂ ਸਾਈਕੋਲੋਜੀ ਵੀ ਪੜ੍ਹੀ, ਮੈਂ ਪੋਲੀਟੀਕਲ ਸਾਇੰਸ ਪੜ੍ਹੀ, ਮੈਂ ਇਕਨੋਮਿਕਸ ਪੜ੍ਹੀ, ਮੈਂ ਹਿਸਟਰੀ ਵੀ ਪੜ੍ਹਦਾ, ਸਾਰੀ ਦੁਨੀਆਂ ਦੇ ਕੰਪੈਰੇਟਿਵ ਸਟੱਡੀ ਮੈਂ ਕਰਦਾ। ਮੈਂ ਤਾਂ ਸਾਰਾ ਦਿਨ ਹੀ ਪੜ੍ਹਦਾ, ਮੈਂ ਜਿੰਨਾ ਚਿਕਰ 200 ਪੇਜ ਨਾ ਪੜ੍ਹਾਂ ਉਹਨਾਂ ਚਿਕਰ ਮੈਨੂੰ ਨੀਂਦ ਨਹੀਂ ਆਉਂਦੀ। ਉਮਰ ਕਿੰਨੀ ਹੈ ਹੁਣ ਤੁਹਾਡੀ? ਮੇਰੀ ਇਸ ਵਕਤ ਉਮਰ 68 ਸਾਲ ਹੋ ਜਾਣੀ ਹੈ, 31 ਅਗਸਤ ਨੂੰ, 31 ਅਗਸਤ 2018 ਨੂੰ ਮੇਰੀ ਉਮਰ 68 ਸਾਲ ਹੋ ਜਾਣੀ ਹੈ। ਇੱਕ ਬਹੁਤ ਵੱਡਾ ਸਵਾਲ ਹੈ, ਮੈਂ ਵੀ ਕਈ ਵਾਰ ਬੈਠਾ ਇਹ ਸਵਾਲ ਸੋਚਦਾ, ਬਹੁਤ ਸਾਰੇ ਨੌਜਵਾਨ ਵੀ ਪੁੱਛਦੇ ਹੈ, ਜ਼ਿੰਦਗੀ ਜੀਣ ਦਾ ਫੰਡਾ ਕੀ ਹੈ? ਵਾਹ ਜੀ, ਜ਼ਿੰਦਗੀ ਜਿਉਣਾ ਹੈ, ਜ਼ਿੰਦਗੀ ਕਾਇਨਾਤ ਨੂੰ ਵੇਖੋ, ਇਹ ਜਿੰਨੀ ਪ੍ਰਕਿਰਤੀ ਆ ਵੇਖੋ, ਮਨੁੱਖ ਜਾਤੀ ਨੂੰ ਵੇਖੋ, ਜਿੱਥੇ ਤੁਹਾਨੂੰ ਖੁਸ਼ੀ ਮਿਲਦੀ ਹੈ ਉਹਨੂੰ ਐਪਰੀਸ਼ੀਏਟ ਕਰੋ, ਜਿੱਥੇ ਲੱਗੇ ਕਿ ਬੰਦਾ ਫੇਲ ਹੋ ਰਿਹਾ ਉੱਥੇ ਉਹਨੂੰ ਸਹਾਰਾ ਦਿਓ, ਜੇ ਕੋਈ ਡਿੱਗਦਾ। ਹੁਣ ਤਾਂ ਸਹਾਰਾ ਨਸ਼ਾ ਬਣਾ ਲਿਆ ਨਾ, ਜੇ ਖੁਸ਼ੀ ਹੈ ਤਾਂ ਨਸ਼ਾ, ਗਮ ਹੈ ਤਾਂ ਨਸ਼ਾ, ਦਾਰੂ ਜਾਂ ਡਰੱਗਸ 'ਚ ਪੈ ਗਏ ਮੁੰਡੇ ਹੁਣ ਸਾਡੇ। ਉਹ ਜਿਹੜੀਆਂ ਸਾਡੀਆਂ ਰਾਜਕਰਦਾ ਸ਼੍ਰੇਣੀਆਂ, ਜਿਹੜੀ ਵੀ ਸਾਡੀ ਰਾਜਕਰਦਾ ਸ਼੍ਰੇਣੀ ਹੈ, ਉਹ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਚੇਤਨਾ ਆਵੇ, ਉਹ ਨਹੀਂ ਚਾਹੁੰਦੀ ਕਿ ਲੋਕ ਸਿਹਤਮੰਦ ਜੀਵਨ ਜਿਉਣ, ਉਹਨਾਂ ਨੂੰ ਅਮਲੀ ਭੰਗੀ ਘੋਰੀ ਚਾਹੀਦੇ ਆ, ਜਿਨ੍ਹਾਂ ਕੋਲ ਵਿੱਦਿਆ ਨਾ ਹੋਵੇ, ਮੰਗਤਿਆਂ ਵਰਗੇ ਲੋਕ ਹੁਣ, ਲੀੜਾ ਪਵੇ ਨਾ, ਕੱਪੜਾ ਪਵੇ ਨਾ, ਕੋਈ ਮੰਗ ਹੀ ਨਾ ਕਰਨ, ਚੇਤਨਾ ਦੀ ਗੱਲ ਹੀ ਨਾ ਕਰਨ, ਅਤੇ ਸੁੱਤਾ ਪਿਆ ਮੁਲਕ ਲੁੱਟਿਆ ਜਾਣਾ ਇਹਨਾਂ ਲਈ, ਇਹ ਤੋਂ ਵਧੀਆ ਕੀ ਹੋ ਸਕਦਾ? ਇਹ ਹੈ, ਇਸ ਕਰਕੇ ਨਸ਼ਾ ਜਿਹੜਾ ਤੁਸੀਂ ਕਹਿੰਦੇ ਨਸ਼ਾ ਅਸੀਂ ਖੁਦ ਪਾਇਆ, ਵਾਹ ਵੀ ਵਾਹ, ਪੰਜਾਬ ਦੇ ਲੋਕ ਬੇਈਮਾਨੀ ਕਰਦੇ, ਸਾਡੀ ਰਾਜਕਰਦਾ ਸ਼੍ਰੇਣੀ 1 ਘੰਟੇ 'ਚ ਖਤਮ ਹੋ ਸਕਦਾ, ਮੈਂ ਇੱਥੇ ਖੜਾ ਪੈਰ ਮਾਰ ਕੇ ਖਤਮ ਕਰਦਾ ਨਸ਼ਾ। ਕਰਨਾ ਕੀ ਪਊ ਉਹਦੇ ਵਾਸਤੇ? 4 IPS ਠੋਕੋ, 4 IAS ਠੋਕੋ, 4 PCS ਠੋਕੋ, ਸਿਰ ਸਸਪੈਂਡ ਕਰ ਦਿਓ, ਬਸ ਗੱਲ ਖਤਮ। ਜੇ ਥੋੜ੍ਹੀ ਕਰਪਸ਼ਨ ਹੋ ਜਾਏ ਜਾਂ ਥੋੜ੍ਹੀ ਨਸ਼ਾ ਵਿਕ ਜੇ, ਅਸੀਂ ਸਾਰੇ ਪਕਾਉਂਦੇ ਹਾਂ, ਮੈਂ ਐਕਸਾਈਜ਼ ਮਹਿਕਮੇ ਦਾ ਬੰਦਾ, ਮੈਨੂੰ ਪਤਾ ਹੈ ਕੀ ਚੱਲਦਾ ਕਿਵੇਂ ਚੱਲਦਾ। ਹਰ ਪੰਜਾਬ ਦਾ ਜਿਹੜਾ ਜੁਰਮ ਹੈ ਉਹ ਸਰਪ੍ਰਸਤੀ ਹੇਠ ਪਲਦਾ, ਹਰੇਕ ਪ੍ਰਕਾਰ ਦਾ। ਇੱਕ ਉਹ ਹਿੰਦੀ ਦਾ ਗਾਣਾ ਹੈ, ਸਭ ਗੋਲਮਾਲ ਹੈ, ਸਭ ਗੋਲਮਾਲ ਹੈ ਇੱਥੇ। ਗੋਲ ਤਾਂ ਚਲੋ ਫਿਰ ਚੰਗਾ ਹੁੰਦਾ, ਇਹ ਤਾਂ ਗੋਲ ਮਟੋਲ ਨੇ, ਨਾਲ ਹੀ ਰੁੜਦੇ ਆ। ਗੋਲ ਤਾਂ ਬੜਾ ਸੌਖਾ ਹੈ ਸ਼ਬਦ ਜਰਾ, ਇਹ ਤਾਂ ਗੋਲ ਮਟੋਲ ਨੇ, ਇਹਨਾਂ ਦੀਆਂ ਮੌਜਾਂ ਬਣੀਆਂ ਹੋਈਆਂ। ਤੁਸੀਂ ਵੇਖੋ ਹਿੰਦੁਸਤਾਨ ਗਰੀਬ ਹੋ ਰਿਹਾ, ਇਹਦਾ ਲੁਟੇਰਾ ਵਰਗ ਅਮੀਰ ਹੋ ਰਿਹਾ, ਕਮਾਲ ਨੇ। ਪਿਛਲੇ 15 ਸਾਲਾਂ 'ਚ ਵੇਖੋ ਹਿੰਦੁਸਤਾਨ ਗਰੀਬ ਹੋਇਆ। ਕਿਤੇ ਪਾਕਿਸਤਾਨ ਵਾਲਾ ਹਾਲ ਤਾਂ ਨਹੀਂ ਹੋਜੂ, ਬਿਊਰੋਕ੍ਰੇਸੀ ਜਿਹੜੀ ਹੈ ਸਭ ਤੋਂ ਸਟਰੋਂਗ ਹੋਜੂ ਜਾਂ ਹੋ ਗਈ ਹੈ ਤੁਹਾਨੂੰ ਲੱਗਦਾ? ਏਸ਼ੀਆ ਦੇ ਵਿੱਚ ਇਹ ਗੱਲਾਂ ਸੰਭਵ ਨੇ, ਏਸ਼ੀਆ ਦੇ ਵਿੱਚ ਦੂਜੇ ਥਾਂ ਇਸ ਤਰ੍ਹਾਂ ਹੋਇਆ, ਸਾਡੇ ਵੀ ਹੋ ਸਕਦਾ, ਕਿਉਂ ਨਹੀਂ ਹੋ ਸਕਦਾ? ਸਾਡੀ ਸਾਨੂੰ ਪਾਕਿਸਤਾਨ ਕੋਈ